हाँ जी आया नू। आजो आजो नंगियो, करदे आ नवां दिन ते नवीं गलबात। ਚੈਟ ਜੀਪੀਟੀ ਬਾਰੇ ਤੁਸੀਂ ਸੁਣਿਆ ਹੋਣਾ। ਇਹ ਨਾ ਬੜੀ ਚਰਚਾ ਜਾਂ ਪਿਛਲੇ ਮਹੀਨੇ ਤੋਂ ਉੱਪਰ ਹੋ ਗਿਆ ਇਹਨੂੰ, ਔਰ ਬੜਾ ਘਸਮਾਣ ਪਾਇਆ ਹੋਇਆ ਨੇ ਇੰਟਰਨੈਟ ਤੇ। ਹਰ ਜਿਹੜੀ ਚੀਜ਼ ਆ ਬੜੇ ਲੋਕ ਐਕਸਾਈਟਡ ਨੇ ਇਹਦੇ ਬਾਰੇ। ਪਹਿਲੀ ਗੱਲ ਇਹਦੇ ਬਾਰੇ ਅਸੀਂ ਕੀ ਹੋਣਾ ਕਿ ਤੁਹਾਨੂੰ ਜਦੋਂ OpenAI ਨੇ ਇਹਨੂੰ ਲਾਂਚ ਕਰਿਆ, ਅਜੇ ਤੱਕ ਇਹ ਹਾਲ ਦੀ ਘੜੀ ਫ੍ਰੀ ਆ। ਜੇ ਤੁਸੀਂ ਆਪਣਾ ਮੇਰੇ ਖਿਆਲ 'ਚ ਪੇਡ ਦਾ ਵੀ ਜਿਹੜਾ ਪ੍ਰੋਸੈਸ ਆ ਉਹ ਜਲਦੀ ਸ਼ੁਰੂ ਹੋ ਰਿਹਾ, ਜੇ ਨਹੀਂ ਹੋਇਆ ਤਾਂ ਹੋ ਜੂਗਾ ਲਗਭਗ ਇਹ, ਕਿਉਂਕਿ ਉਹ ਕਹਿੰਦੇ ਵੀ ਚਾਰਜ ਕਰਾਂਗੇ। ਹੁਣ ਫ੍ਰੀ ਤਾਂ ਅਗਲੇ ਦੇ ਨਹੀਂ ਸਕਦੇ ਸਾਨੂੰ। ਖੈਰ ਅਸੀਂ ਹੋ ਸਕਦਾ ਦਈ ਜਾਣ, ਇਹ ਵੀ ਹੋ ਸਕਦਾ। ਸਭ ਤੋਂ ਪਹਿਲਾਂ ਅਸੀਂ OpenAI 'ਤੇ ਜਾਈਏ। OpenAI 'ਤੇ ਜਾ ਕੇ ਆਪਣਾ ਅਕਾਊਂਟ ਬਣਾਈਏ। ਅਕਾਊਂਟ ਬਣਾਉਣ ਤੋਂ ਬਾਅਦ ਤੁਸੀਂ ਇਹਨੂੰ ਲੌਗਇਨ ਕਰ ਲੈਣਾ। ਲੌਗਇਨ ਕਰਕੇ ਚੈਟ ਆ ਜਿਹੜਾ URL ਆ ਇਹ 'ਤੇ ਜਾਏਂਗੇ। ਉਹ ਜਾ ਕੇ ਤੁਹਾਡੇ ਕੋਲੇ ਤੁਸੀਂ ਨਵੀਂ ਚੈਟ ਜਦੋਂ ਸ਼ੁਰੂ ਕਰਦੇ ਹੋ ਉਹਦੇ 'ਚ ਇੱਥੇ ਸਵਾਲ ਪੁੱਛਦੇ ਹੋ, ਉਹਦਾ ਇਹ ਜਵਾਬ ਦਿੰਦਾ। ਥੱਲੇ ਜਿਹੜੇ ਬਟਨ ਨੇ ਉਹ ਹੈ ਲਾਈਟ ਮੋਡ ਆ, ਜਿੱਥੇ ਲਾਈਟ ਵਧਾਉਣੀ ਘਟਾਉਣੀ ਆ ਤੁਸੀਂ, ਮਤਲਬ ਦੋ ਹੀ ਕਲਰ ਨੇ, ਵਧਾਉਣੀ ਘਟਾਉਣੀ ਕਾਹਦੀ ਆ। ਇਹਨਾਂ ਉਸ ਤੋਂ ਬਾਅਦ ਅਪਡੇਟ ਨੇ ਅਤੇ ਲੌਗ ਆਊਟ ਆ, ਇਹ ਚੀਜ਼ਾਂ ਨੇ। ਹੁਣ ਇਹਨੂੰ ਅਸੀਂ ਇਹ ਪ੍ਰੈਫਰੈਂਸ ਆ ਤੁਹਾਡੀ, ਜੇ ਤੁਸੀਂ ਲਾਈਟ ਮੋਡ ਰੱਖਣਾ ਜਾਂ ਡਾਰਕ ਨਾ, ਉਹ ਸਿਰਫ ਕਿ ਲਾਈਟ ਕਿੰਨੀ ਤੁਹਾਡੇ ਪੈਂਦੀ ਆ ਅੱਖਾਂ ਦੇ ਉੱਤੇ। ਸੋ ਇਹਨੂੰ ਹੁਣ ਪਿਛਲੇ ਸਾਲ ਦੇ ਰਿਜ਼ਲਟ ਆਏ ਕਿ ਜੀ ਗੂਗਲ ਦੇ ਉੱਤੇ ਮੈਂ ਸਰਚ ਕਰੀ ਅੱਜ ਕਿ ਵੱਧ ਸਰਚਸ ਕਿਹੜੀ ਸੀਗੀਆਂ, ਉਹ ਇਹ ਸੀ ਕਿ ਸਰਚਸ ਜਿਹੜੀਆਂ ਕਿ ਪਾਣੀ ਸਾਨੂੰ ਕਿਸੇ ਨੂੰ ਨਾ ਪੀਣਾ ਚਾਹੀਦਾ ਹੈ। ਮੈਂ ਵੀ ਸੋਚਿਆ ਵੀ ਯਾਰ ਮੈਂ ਕਦ ਖਾਂ ਬਸ ਟਾਈਮ, ਜਾਂ ਇੱਕ ਹੋਰ ਹੁੰਦਾ ਵੀ ਵੇਟ ਲੂਜ਼। ਅੱਜ ਕੱਲ੍ਹ ਨਵੇਂ ਸਾਲ ਦੇ ਸ਼ੁਰੂ ਦੇ ਵਿੱਚ ਜਿੰਮ ਦੇਖ ਲਓ ਭਰੇ ਪਏ ਹੁੰਦੇ ਨੇ। ਇਹ ਵੀ ਇੱਕ ਜਿਹੜਾ ਅਗਲਿਆਂ ਨੇ ਕਈ ਵਾਰੀ ਹੁੰਦਾ ਵੀ ਜਿਹੜੀ ਵਿਦਆਊਟ ਐਕਸਰਸਾਈਜ਼ ਵੀ, ਇਹ ਵੀ ਅਸੀਂ ਸਰਚ ਆ। ਹੁਣ ਗੂਗਲ ਇੰਜਨ ਜਿਹੜਾ ਹੈ ਉਹ ਸਰਚ ਇੰਜਨ ਆ, ਚੈਟ GPT ਸਰਚ ਇੰਜਨ ਨਹੀਂ ਹੈ। ਇੱਕ ਚੀਜ਼ ਨੂੰ ਸਮਝੀਏ ਇਹ ਥੋੜ੍ਹਾ ਜਿਹਾ, ਇਹ ਜਿਵੇਂ ਪਰਸਨਲ ਅਸਿਸਟੈਂਟ ਹੁੰਦਾ ਤੁਹਾਡਾ, ਉਹਨੂੰ ਸਵਾਲ ਪੁੱਛੀ ਜਾਓ ਉਹਦਾ ਜਵਾਬ ਦੇ ਦਿਓ। ਆਪਾਂ ਚਲੋ ਪ੍ਰੈਕਟੀਕਲੀ ਦੇਖਦੇ ਹਾਂ। ਪਹਿਲਾਂ ਤਾਂ ਇਹਨੂੰ ਪੁੱਛੀਏ ਇਹ ਬਈ ਪਾਣੀ ਕਿੰਨਾ ਪੀਣਾ ਚਾਹੀਦਾ ਯਾਰ ਦਿਹਾੜੀ 'ਚ, ਜਾਂ ਬੈਸਟ ਟਾਈਮ ਕਿਹੜਾ ਪਾਣੀ ਪੀਣ ਦਾ। ਹੁਣ ਇਹਨੇ ਕੀ ਕਰਿਆ, ਜਨਰਲੀ ਜਿਹੜਾ ਪਾਣੀ ਕਹਿੰਦਾ ਜੀ ਰਿਕਮੈਂਡਡ ਆ ਸਾਰੇ ਤੁਸੀਂ ਦਿਨ 'ਚ ਪੀਓ ਉਹਨੂੰ, ਪਾਣੀ ਨੂੰ ਜਿੰਨਾ ਪੀ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈ ਇਹਨੂੰ ਪੁੱਛਾਂਗੇ ਅਸੀਂ ਕਿ ਜਦੋਂ ਤੁਸੀਂ ਹੁਣ ਕਹਿੰਦਾ ਵੀ ਉੱਠ ਖੜ੍ਹਦੇ ਹੋ, ਜਾਂ ਤੁਸੀਂ ਪਾਣੀ ਤੋਂ ਪਹਿਲਾਂ ਜਾਂ ਪਾਸਟ, ਇਹ ਉਹਨੂੰ ਤਫਸੀਲ ਦੇ ਵਿੱਚ ਉਹ ਦੱਸਣ ਲੱਗਿਆ ਹੋਇਆ। ਜਦੋਂ ਤੁਸੀਂ ਇਹ ਜਿਹੜੀ ਇਹਦੀ ਰਿਕਮੈਂਡੇਸ਼ਨ ਆ, ਇੱਦਾਂ ਤੁਸੀਂ ਇਹਨੂੰ ਕੋਈ ਵੀ ਸਵਾਲ ਪੁੱਛਦੇ ਹੋ ਉਹ ਜਿਹੜਾ ਇਹ ਤੁਹਾਨੂੰ ਜਵਾਬ ਦਿੰਦਾ ਜਾਊਗਾ, ਹੈ ਨਾ। ਉਹ ਹੁਣ ਜਵਾਬ ਜਿਹੜਾ ਹੈ ਉਹ ਕਿੱਥੋਂ ਤੱਕ ਸਹੀ ਹੈ ਗਲਤ ਹੈ ਇਹ ਤੁਹਾਨੂੰ ਆਪ ਥੋੜ੍ਹਾ ਜਿਹਾ ਵੀ ਦੇਖਣਾ ਪੈਣਾ, ਪਰ ਤੁਹਾਨੂੰ ਇੱਕ ਥਾਟ ਪ੍ਰੋਸੈਸ ਖੜ੍ਹਾ ਹੋ ਜਾਂਦਾ ਇਹਦੇ ਨਾਲ। ਹੁਣ ਅਸੀਂ ਗਾਂ ਨੂੰ ਪੁੱਛੀਏ how much water one should drink. मैंने ਇਹਦੇ ਲਈ ਪ੍ਰਸਾਈਸ ਸਾਨੂੰ ਰਿਕਮੈਂਡਡ ਡੇਲੀ ਇਨਟੇਕ ਕਹਿੰਦਾ ਵੀ ਉਹਦੇ 'ਤੇ ਡਿਪੈਂਡ ਕਰਦਾ ਤੁਸੀਂ ਗਾਈਡਲਾਈਨਸ ਕੀ ਨੇ ਜਿਹੜੀਆਂ 8 ounce ਪੀਣਾ ਚਾਹੀਦਾ, ਮਤਲਬ ਜਿਹੜਾ ਹੈ ਔਰ ਉਹਦੇ ਨਾਲ ਤੁਹਾਡੀ ਉਮਰ ਕਿੰਨੀ ਆ, ਹੋਰ ਵੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ, ਅਤੇ ਐਕਟੀਵਿਟੀ ਕਿੰਨੀ ਆ, ਕੀ ਕੰਮ ਕਰ ਰਹੇ ਹੋ ਤੁਸੀਂ, ਵਿਹਲੇ ਬੈਠੇ ਹੋ ਕਿ ਕੰਮ ਕਰਨ ਲੱਗੇ ਹੋਏ ਹੋ ਜਿਹੜੀ ਇਹ ਚੀਜ਼ ਆ। ਸੋ ਇਹਦੇ ਨਾਲ ਇਹ ਤੁਹਾਨੂੰ ਉਹਦਾ ਜਵਾਬ ਦੇ ਦਿੰਦਾ। ਹੁਣ ਅਗਾਂਹ ਅਸੀਂ ਅਗਰ ਇਹਨੂੰ ਦੇਖੀਏ ਕਿ ਹੁਣ ਬੜੀ ਤਫਸੀਲ ਦੇ ਵਿੱਚ ਤੁਹਾਨੂੰ ਇਹਨੇ ਦੇਤਾ। ਇਹ ਜਿਹੜੇ ਹੁਣ ਸਾਡੇ ਕੋਲੇ ਗੂਗਲ 'ਚ ਵੀ ਅਸੀਂ ਸਰਚ ਕਰਦੇ ਹਾਂ ਇਹਨੂੰ, ਹੈ ਨਾ, ਜਿਹੜੀਆਂ ਇਹ ਚੀਜ਼ਾਂ ਨੇ, ਔਰ ਸਾਨੂੰ ਉੱਥੋਂ ਵੀ ਆਰਟੀਕਲ ਮਿਲ ਜਾਂਦੇ। ਇਹ ਤੁਹਾਨੂੰ ਬੜੇ ਪ੍ਰਸਾਈਸ ਲੱਭ ਕੇ ਤੁਹਾਨੂੰ ਇਹ ਜਵਾਬ ਦੇ ਰਿਹਾ। ਹੁਣ ਦੂਸਰੀ ਜਿਹੜੀ ਗੱਲ ਇਹਦੇ 'ਚ ਆ ਜਾਂਦੀ ਹੈ ਕਿ ਚਲੋ ਨਵੀਂ ਅਸੀਂ ਸ਼ੁਰੂ ਕਰ ਲਈਏ। ਹੁਣ ਅਸੀਂ ਵਾਟ ਇਜ਼ ਕੀ ਜਾਣਨਾ ਚਾਹੁੰਦੇ ਹਾਂ ਅਸੀਂ, ਜਿਹੜਾ ਅਗਲਾ ਹੈ ਰਾਈਟ ਮੀ ਏ ਲਵ ਲੈਟਰ। ਉਹ ਲੈਟਰ ਔਰ ਮਾਈ ਗਰਲਫ੍ਰੈਂਡ ਇਹਨੂੰ ਰਾਈਟ ਲੈਟਰ। ਹੁਣ ਦੇਖਦੇ ਹਾਂ ਕੀ ਕਹਿੰਦਾ ਇਹ। ਮੈਂ ਵੀ ਦੇਖਦਾ ਤੁਹਾਡੇ ਨਾਲ ਪੜ੍ਹ ਕੇ ਵੀ ਇਹ ਕਹਿੰਦਾ ਕੀ ਆ। ਹਾਂ ਸੋਚੀ ਜਾ ਪੁੱਤ। ਹਾਂ ਉਹ ਕਹਿੰਦਾ ਵੀ ਗਰਲਫ੍ਰੈਂਡ ਜੇ ਨਹੀਂ ਹੈਗੀ ਠੀਕ ਆ, ਉੱਥੇ ਗਰਲਫ੍ਰੈਂਡ ਦਾ ਨਾਂ ਭਰ ਲਿਓ। ਚਲੋ ਇਹ ਤਾਂ ਹੁਣ ਡਿਪੈਂਡ ਕਰਦਾ ਵੀ ਹਾਂ, ਜਾਂ ਬੋਏਫ੍ਰੈਂਡ, ਗਰਲਫ੍ਰੈਂਡ ਜੇ ਲੇਡੀਜ਼ ਦੇਖ ਰਹੀਆਂ ਤਾਂ ਬੋਏਫ੍ਰੈਂਡ, ਜਾਂ ਹਸਬੈਂਡ ਹੋ ਸਕਦਾ, ਵਾਈਫ ਹੋ ਸਕਦੀ ਆ। ਇਹ ਮਤਲਬ ਤੁਹਾਡੀ ਮਦਦ ਕਰ ਦੂਗਾ ਲਿਖਣ ਨੂੰ, ਤੁਹਾਡੀਆਂ ਜਿਹੜੀਆਂ ਅੰਦਰ ਦੀਆਂ ਉਹ ਹੁੰਦੇ ਨਾ ਫੀਲਿੰਗਸ, ਉਹ ਐਕਸਪ੍ਰੈਸ ਕਰਨ ਨੂੰ। ਵਾਓ, ਕਿਆ ਬਾਤ ਹੈ, ਕਿਆ ਬਾਤ ਹੈ। ਕਹਿੰਦਾ ਆਈ ਲਵ ਯੂ ਮੋਰ ਦੈਨ ਵਰਡਸ ਆਈ ਕੈਨ, ਯੂ ਕੈਨ ਸੇ ਆਈ ਵਿਲ ਲਵ ਯੂ ਫੋਰਐਵਰ, ਜਿਉਂਦਾ ਰਹਿ। ਸੋ ਅਗਾਂਹ ਅਸੀਂ ਹੁਣ ਗੱਲ ਕਰੀਏ ਅੱਗੇ, ਜੇ ਹੋਰ ਕੋਈ ਇਹ ਤੋਂ ਬਿਨਾਂ, ਇਹ ਤਾਂ ਵਧੀਆ ਟੌਪਿਕ ਸੀ ਇਹ। ਇਹ ਤੋਂ ਬਿਨਾਂ ਅਸੀਂ ਹੁਣ ਕੰਪਿਊਟਰ ਦੀ ਲੈਂਗੁਏਜ ਦੇ ਬਾਰੇ ਗੱਲ ਕਰੀਏ ਕਿ ਅਸੀਂ ਕੋਈ ਸਪੈਸੀਫਿਕ ਜਿਹੜਾ ਕੋਈ ਪ੍ਰੋਗਰਾਮਿੰਗ ਲੈਂਗੁਏਜ ਆ, ਜਾਂ ਕੋਈ ਐਪ ਡਿਵੈਲਪ ਕਰਨੀ ਆ, ਜਾਂ ਅਸੀਂ ਕੋਈ ਸੰਗੀਤ ਦੇ ਬਾਰੇ 'ਚ ਇਹਨੂੰ ਸਵਾਲ ਪੁੱਛਣਾ, ਜਾਂ ਉਹਨੂੰ ਹੋਰ ਇੱਦਾਂ ਦੇ ਕੁਛ ਨਾ ਕੁਛ ਜਿਹੜੇ ਹੋਰ ਸਵਾਲ ਹੋਣ ਸਾਡੇ, ਉਹ ਪੁੱਛਣਾ ਚਾਹੁੰਦੇ ਹੋਈਏ, ਉਹ ਅਸੀਂ ਟਾਈਪ ਕਰ ਦਿੰਦੇ ਹਾਂ, ਕਹਿ ਦਿੰਦੇ ਹਾਂ ਵੀ ਐਕਸਪਲੇਨ ਜਿਹੜੀ ਆ ਵੈਬ ਐਪ ਡਿਵੈਲਪਮੈਂਟ ਪ੍ਰੋਸੈਸ। ਹੁਣ ਵੈਬ ਐਪ ਹੈਗੀ ਆ, ਉਹ ਉਹਦਾ ਪ੍ਰੋਸੈਸ ਕੀ ਆ ਉਹਦੇ ਬਾਰੇ ਦੱਸਦੇ ਜੀ। ਉਹ ਪਹਿਲਾਂ ਕੀ ਕਰਨਾ ਪਊਗਾ ਤੁਹਾਨੂੰ ਇਹ ਦੱਸ ਦੂਗਾ, ਉਸ ਤੋਂ ਬਾਅਦ ਤੁਹਾਨੂੰ ਉਹਦੀਆਂ ਐਕਟਿਵ ਡਿਜ਼ਾਈਨ ਕਰਨਾ ਪੈਣਾ। ਸੈਕਿੰਡ ਪ੍ਰੋਸੈਸ ਆ ਪਲੈਨਿੰਗ, ਡਿਜ਼ਾਇਨ, ਡਿਵੈਲਪਮੈਂਟ। ਕਿਹੜੀ ਲੈਂਗੁਏਜ ਤੁਸੀਂ ਵਰਤੇਂਗੇ, ਉਹ ਮਤਲਬ ਤੁਹਾਡੇ ਲਈ ਇਹਨੇ ਕੀ ਕਰਿਆ, ਇੱਕ ਫਲੋ ਸਟਰਕਚਰ ਜਿਹਾ ਬਣਾਤਾ, ਬੜਾ ਵੇਗ ਜਿਹਾ ਲਿਖਤਾ ਇਹਨੂੰ, ਕੋਈ ਇਹਨੂੰ ਦਿੱਤਾ ਨਹੀਂ ਕੁਛ ਸਪੈਸੀਫਿਕ ਕੋਈ ਗੱਲ, ਉੱਦਾਂ ਹੀ ਦੇਤਾ ਹੈ। ਜੇ ਹੁਣ ਤੁਸੀਂ ਕੋਈ ਸਪੈਸੀਫਿਕ ਤੁਹਾਨੂੰ ਪਤਾ ਵੀ ਕੀ ਚੀਜ਼ ਆ, ਉਹ ਤੁਹਾਨੂੰ ਤੁਸੀਂ ਦੇਖ ਸਕਦੇ ਹੋ। ਹੁਣ ਇਹਨੇ ਜਿਹੜੀ ਅੱਗੇ ਐਗਜ਼ਾਮਪਲ ਦੇਤੀਆਂ ਬੇਸਿਕ ਪਾਈਥਨ ਦੇ ਬਾਰੇ 'ਚ, ਡਿਫਰੈਂਟ ਜਿਹੜੀਆਂ ਉਹਨੇ, ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਇਹਦੇ 'ਚ ਜਿਹੜੀ ਜੋ ਹੈ, ਮਤਲਬ ਇਹਦੀ ਕੈਪੇਬਿਲਿਟੀ ਜੋ ਹੈ ਸਾਡੇ ਵਾਸਤੇ, ਉਹ ਕਿੰਨੀ ਕੁ ਸਾਰਥਕ ਹੈ ਔਰ ਕਿੰਨੇ ਸਾਡੇ ਬੈਨੀਫਿਟ ਆ ਇਹਦੇ ਲਈ। ਭੱਜਿਆ ਜਾ ਰਿਹਾ ਸਪੀਡੀ ਬਈ, ਓਏ ਹੋਏ ਹੋਏ। ਹੁਣ ਅਸੀਂ ਕੋਈ ਹੋਰ ਸੇ ਰਾਈਟ ਮੀ ਏ ਮਾਰਕੀਟਿੰਗ ਪਲਾਨ ਫੋਰ ਫਿਲਮ ਪ੍ਰਮੋਸ਼ਨ ਕੈਂਪੇਨ, ਫਿਲਮ ਪ੍ਰਮੋਸ਼ਨ। ਕਹਿੰਦਾ ਵੀ ਟੂ ਮੈਨੀ ਰਿਕੁਐਸਟ ਕਰ ਲਈਆਂ ਤਾਂ ਹੁਣ ਮੈਂ ਜਵਾਬ ਨਹੀਂ ਦੇ ਸਕਦਾ, ਬੇਚਾਰਾ ਥੱਕ ਗਿਆ ਹੋਣਾ। ਚਲੋ ਦੁਬਾਰਾ ਰਾਈਟ ਮੀ ਪਲਾਨ ਫੋਰ ਔਨ YouTube। ਇਹ ਵੀ ਕਹਿੰਦਾ ਟੂ ਮੈਨੀ ਰਿਕੁਐਸਟ ਦੇ ਰਿਹਾ ਭਾਈ ਤੂੰ, ਉਹ ਲਿਖਦੇ ਭਾਈ ਹੁਣ ਕੋਈ ਨਾ, ਜਦੋਂ ਆਇਆ ਉਹ ਤਾਂ ਦੇਖ।